वाहेगुरु जी का खालसा, वाहेगुरु जी की फतेह। अज असी पिंड चक मादी के विखे, जिथे के एक गरीब परिवार नाल सरासर धोखा होया है, उस गरीब परिवार का प्रधानमंत्री योजना राही एक मकान आया सी, पक्का मकान। लेकिन उस पिंड दे सरपंच होर पंचायत ने मिल के वो मकान जिहड़ा उन्होंने नहीं दिता, वो मकान उन्होंने जिहड़ा देने की बजाए किसी होर नूं मकान दे दिता गया। अज उस परिवार का जिहड़ा मकान है बहुत खस्ता हालत है, कच्चा मकान है, डिगन वाला। जदों मीह कणी आती है बेचारे उदों बहुत औखा अपना जिहड़ा सिर टकते ने। कमाण वाला इक्को एक लड़का सी जिहड़ा कि वह भी कुछ दिन पहला जिहड़ा उहदी डैथ हो गई, और जो जिन्हों का मकान वह मकान नाल असीं उन्हां नाल गलबात करांगे। पहला तुहानूं मकान का जिहड़ा हाल दिखा रहे हैं, भी मकान जिहड़ा कि बहुत ज़्यादा खस्ता हालत विच है। सरकार जिहड़े कि मकान दिंदी है, लेकिन अगे जिहड़े पंचायत सरपंच मिल के वह मकान जिहड़े ने वह हेरा फेरियां नाल जिहड़े लोगों जिन्हों का असल लाभपात्री होंदे ने उन्हां तों बदल के किसी होर नूं दित्ता जांदा है, जिहड़ा कि अज इन्हां नाल वापरी है। असीं उन्हां नाल गलबात भी करांगे भी उन्हों का की कारण है, क्यों नहीं मकान उन्होंने पवा के दिता गया। हाँ जी, सत श्री अकाल जी। तुहानू जिहड़ा मकान आया था, तुहानू की कहा गया सरपंच ने भी तुहाडा मकान क्यों नहीं तुहानू दिता गया पवा के? कुछ लाड़ पला था जी, आंदा जी देना फके देना है, बहुत मिलते कहते हैं मंगदा जान में देना है, मैं पाई लो थोड़ा रात बहुत यार खुश आए ਉਹ ਨਹੀਂ ਮੰਗਦਾ ਗੱਲ ਮੈਂ ਬਚੇ ਰਿਹਾ ਗਾ ਉਹ ਪਿਛੋਂ ਧਮਕੀਆਂ ਮਾਰੇ ਨਹੀਂ। ਜਦੋਂ ਸਰਪੰਚ ਨੇ ਤੁਹਾਨੂੰ ਪਹਿਲਾਂ ਮਕਾਨ ਆਏ ਬਾਰੇ ਸਰਪੰਚ ਨੇ ਦੱਸਿਆ ਸੀਗਾ? ਨਹੀਂ, ਸਰਪੰਚ ਨੇ ਅਸੀਂ ਆਪ ਗਏ ਆ। ਤੇ ਤੁਸੀਂ ਕਿੱਥੇ ਗਏ ਸੀ? ਅਸੀਂ ਮਰੋਟ ਗਏ ਆ, ਅਮਦੋਟ ਵੀਡੀਓ ਦਫਤਰ ਗਿਆ ਜੀ। ਉੱਥੋਂ ਤੁਹਾਨੂੰ ਪਤਾ ਲੱਗਿਆ? ਪਤਾ ਲੱਗਾ ਵੀ ਸਾਡਾ ਕਮਰਾ ਵੀ ਸਰਪੰਚ ਨੇ ਕਢਵਾ ਲਿਆਂਦਾ ਹੈ, ਤੇ ਇਹਨੇ ਮਤਾ ਪਾ ਤੇ ਆਪਦੇ ਭਰਾ ਦਾ ਬਣਾ ਦਿੱਤਾ ਹੈ, ਪੱਕਾ ਬਣਾ ਦਿੱਤਾ, ਕੱਚਾ ਬਣਾ ਦਿੱਤਾ ਹੈ, ਸਾਡਾ ਪੱਕਾ ਬਣਾ ਦਿੱਤਾ ਸੀ। ਸਾਡਾ ਹੁਣ ਦੇਖ ਲਓ ਵੀ ਕਿੱਥੇ ਪੱਕਾ ਪਾ ਤੇ ਉਹਨੇ ਸਾਨੂੰ ਦੇ ਦਿੱਤਾ ਹੈ। ਸਰਪੰਚ ਨੇ ਕਹਿੰਦੇ ਨੇ ਕਿ ਆਪਣੇ ਭਰਾ ਨੂੰ ਜਿਹੜਾ ਉਹ ਮਕਾਨ ਜਿਹੜਾ ਸਾਡਾ ਸੀ ਉਹ ਆਪਣੇ ਭਰਾ ਨੂੰ ਦਿੱਤਾ, ਸਾਨੂੰ ਜਿਹੜਾ ਅਯੋਗ ਕਰਾਰ ਦਿੱਤਾ ਗਿਆ ਮਤੇ ਦੇ ਵਿੱਚ, ਜਿਹੜਾ ਕਿ ਹੇਰਾ ਫੇਰੀ ਸਾਫ਼ ਨਜ਼ਰ ਆ ਰਹੀ ਹੈ, ਜਿੱਥੇ ਕਿ ਯੋਗ ਲਾਭਪਾਤਰੀ ਉੱਥੇ ਕੱਟ ਕੇ ਅਯੋਗ ਕੀਤਾ ਗਿਆ, ਜਦੋਂ ਕਿ ਉਹਨੇ ਆਪਣੇ ਭਰਾ ਨੂੰ ਇਹ ਮਕਾਨ ਦਿੱਤਾ ਜਿਹਦਾ ਕਿ ਪਹਿਲਾਂ ਹੀ ਮਕਾਨ ਪੱਕਾ ਮਕਾਨ ਸੀਗਾ, ਔਰ ਸਾਰੇ ਸਰਾਸਰ ਜਿਹੜਾ ਧੋਖਾ ਹੇਰਾ ਫੇਰੀ ਸਰਪੰਚ ਨੇ ਕੀਤੀ ਹੈ, ਪੰਚਾਇਤ ਸੈਕਟਰੀ ਨੇ ਕੀਤੀ ਹੈ, ਰਲ ਕੇ ਜਿਹੜਾ ਮਤਾ ਪਾਇਆ ਗਿਆ ਪੂਰੀ ਪੰਚਾਇਤ ਦੁਆਰਾ। ਸੋ ਇਹਨਾਂ ਨੂੰ ਲਾਰੇ ਲੱਪੇ ਲਾਏ ਜਾ ਰਹੇ ਨੇ ਕਿ ਤੁਹਾਨੂੰ ਤੁਸੀਂ ਮਕਾਨ ਬਣਾ ਕੇ ਦਿਆਂਗੇ ਅੱਜ ਮਕਾਨ ਦੇ। ਹੁਣ ਤੁਹਾਨੂੰ ਸਰਪੰਚ ਕੀ ਕਹਿੰਦਾ ਜੀ? ਉਹ ਜਾਂਦਾ ਜੀ ਪੈਸੇ ਦੇ ਤੇ ਤਰੀਕ ਅਗਲ ਲੰਮੀ ਲੈ ਲੈਂਦਾ। ਨਹੀਂ, ਤਰੀਕ ਤੁਸੀਂ ਕਿੱਥੇ ਇਹ ਦਰਖਾਸਤ ਵਗੈਰਾ ਦਿੱਤੀ ਸੀ ਉਹਦੇ ਤੇ? ਹਾਂਜੀ ਦਿੱਤੀ ਹੈ। ਕੀ ਉੱਥੇ ਦਰਖਾਸਤ ਕਿਉਂ ਦਿੱਤੀ ਤੁਸੀਂ ਪਹਿਲਾਂ? ਕਮਰੇ ਬਾਰੇ ਦਿੱਤੀ ਵੀ ਸਾਡਾ ਹੱਕ ਸਾਨੂੰ ਮਿਲ ਜਾਵੇ। ਪਹਿਲਾਂ ਤੁਹਾਨੂੰ ਜਦੋਂ ਪੰਚਾਇਤ ਨੇ ਕੋਈ ਵਿਸ਼ਵਾਸ ਨਹੀਂ ਦਵਾਇਆ? ਨਹੀਂ ਦਵਾਇਆ। ਪੰਚਾਇਤ ਨੇ ਕੀ ਕਿਹਾ? ਉਹ ਆਉਂਦੇ ਸੀ ਵੀ ਇਹਨਾਂ ਕਮਰਾ ਤੂੰ ਹੱਕ ਦੇ ਤੋਂ ਆਉਂਦਾ ਸੀ, ਮੈਂ ਪਹਿਲਾਂ ਆਉਂਦਾ ਸੀ ਦੇ ਦਿਆਂ ਦਾ, ਹੁਣ ਆਖਤੇ ਹੁਣ ਧਮਕੀਆਂ ਦਿਆਂ ਦਾ, ਕਿੱਥੇ ਮਰਜ਼ੀ ਭੱਜ ਲਾ ਮੈਂ ਕਮਰਾ ਲਿਖਾ ਮੈਂ ਕਮਰਾ ਨਹੀਂ ਦੇਣਾ। ਤੁਸੀਂ ਜਿਹੜੀ ਇਹ ਦਰਖਾਸਤ ਸੀ ਕਿੱਥੇ ਦਿੱਤੀ ਹੈ? ਇਹ ਦਿੱਤੀ ਹੈ ਪਰਾਂ ਕੀ ਫਿਰੋਜ਼ਪੁਰ। ਫਿਰੋਜ਼ਪੁਰ ਤੁਸੀਂ ਦਿੱਤੀ ਦਰਖਾਸਤ, ਉੱਥੇ ਤੁਹਾਨੂੰ ਹੁਣ ਕੀ ਉਹਨਾਂ ਨੇ ਬੁਲਾਇਆ ਸੀ? ਹਾਂ ਉਹਨੇ ਬੁਲਾਇਆ ਵੀ ਤਰੀਕ ਉਹ ਨਾ ਪੈਸੇ ਦੇ ਤੇ ਅਗਾਂਹ ਲੰਮੀ ਤਰੀਕ ਲੈ ਲੈ। ਸਰਪੰਚ ਨੂੰ ਵੀ ਬੁਲਾਇਆ ਉੱਥੇ? ਹਾਂ ਸਰਪੰਚ ਨੂੰ ਬੁਲਾਇਆ, ਸਰਪੰਚ ਗਿਆ ਨਹੀਂ ਤਰੀਕ ਤੇ। ਸਰਪੰਚ ਤਰੀਕ ਤੇ ਨਹੀਂ ਗਿਆ, ਉਸ ਤਰੀਕ ਤੇ ਕੌਣ ਗਿਆ ਸੀ? ਉਹ ਗਿਆ ਸੈਕਟਰੀ ਗਿਆ ਕੱਲਾ, ਉਹਨੇ ਤਰੀਕ ਲੈ ਲਈ ਜਾ ਤੇ। ਸੈਕਟਰੀ ਨੇ ਅੱਗੇ ਨਵੀਂ ਤਰੀਕ ਲੈ ਲਈ ਹੈ? ਹਾਂ ਉਹਨੇ ਅਗਾਂਹ ਫਿਰ ਤਰੀਕ ਲੰਮੀ ਲੈ ਲਈ। ਹੋਰ ਵੀ ਨਾਲ ਉਹਨਾਂ ਦੇ ਆਂਢੀ ਗੁਆਂਢੀ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੂੰ ਕਿਉਂ ਨਹੀਂ ਮਕਾਨ ਦਿੱਤਾ ਗਿਆ, ਇਹਨਾਂ ਦਾ ਆਇਆ ਜਿਹੜਾ ਮਕਾਨ ਹੈ ਪ੍ਰਧਾਨ ਮੰਤਰੀ ਯੋਜਨਾ ਰਾਹੀਂ ਮਕਾਨ ਆਇਆ ਹੋਇਆ ਹੈ, ਲੇਕਿਨ ਉਹ ਮਕਾਨ ਜਦੋਂ ਕਿ ਅਯੋਗ ਕਰਾਰ ਦੇ ਦਿੱਤਾ ਗਿਆ, ਕੀ ਕਾਰਨ ਹੈ? ਸਾਡੇ ਨਾਲ ਹੋਰ ਵੀ ਪਿੰਡ ਵਾਸੀ ਨੇ, ਉਹਨਾਂ ਨੂੰ ਪੁੱਛਾਂਗੇ। ਹਾਂਜੀ ਭਾਅ ਜੀ, ਤੁਸੀਂ ਦੱਸੋ ਵੀ ਇਹ ਕੀ ਕਾਰਨ ਹੈ ਜੀ? ਇਹ ਜੀ ਕਾਰਨ ਹੈਗੀ ਹੈ ਜੀ, ਉਹ ਬੇਈਮਾਨ ਹੋ ਗਿਆ, ਆਪਣੇ ਭਰਾ ਨੂੰ ਦੇ ਦਿੱਤਾ ਸੀ। ਆਪਣੇ ਭਰਾ ਨੂੰ ਉਹਨੇ ਦਿੱਤਾ ਹੈ? ਹਾਂ ਜੀ। ਕਿਹਨਾਂ ਦਾ ਮਕਾਨ? ਇਹ ਅੱਜ ਗਏ ਨੇ ਤੇ ਅਸੀਂ ਵੀ ਦਿਹਾੜੀਦਾਰ ਹੈਗੇ, ਸਾਨੂੰ ਟਾਈਮ ਨਹੀਂ ਲੱਗਦਾ, ਤੇ ਅੱਜ ਸੱਦਿਆ ਨੇ ਤੇ ਇਹਨਾਂ ਸਾਨੂੰ ਦਿੰਦਾ ਧਮਕੀਆਂ। ਅਸੀਂ ਤਾਂ ਕਿਹਾ ਹੈ ਵੀ ਸਰਪੰਚ ਨੇ ਬੇਈਮਾਨੀ ਕੀਤੀ ਤੇ ਜਿਹਨਾਂ ਨਾਲ ਸਹਿਣ ਕੀਤੇ ਨੇ ਮੈਂਬਰਾਂ ਨੇ ਨਾਲ, ਉਹ ਵੀ ਨਾਲ ਧੱਕੇ ਜਾਵਣ। ਸਾਡੀ ਤੇ ਮਿਹਰਬਾਨੀ ਆ, ਮਿੰਨਤ ਨਹੀਂ ਸਹਿਣੀ ਹੁਣ ਹੁੰਦੀ, ਨਾ ਹੀ ਉਹਦੇ ਘਰੇ ਜਾਣਾ। ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ। ਹੁਣ ਤੁਹਾਨੂੰ ਸਰਪੰਚ ਨੇ ਜਿਹੜਾ ਵੀ ਪੰਚਾਇਤ ਨੇ ਕੁਛ ਉੱਥੇ ਜਾ ਕੇ ਜਿਹੜਾ ਤੁਸੀਂ ਦਰਖਾਸਤ ਦਿੱਤੀ ਹੈ ਉਦੋਂ ਕੀ ਪਹਿਲਾਂ ਉਹਨੇ ਵਿਸ਼ਵਾਸ ਦਿਵਾਇਆ ਤੁਹਾਨੂੰ? ਉਹਨੇ ਕਿਹਾ ਸੀ ਵੀ ਮਹੀਨੇ ਦੇ ਵਿੱਚ ਤਰੀਕ ਦੇ ਦਿਓ, ਮਹੀਨੇ 'ਚ ਮੈਂ ਪਾ ਦਿਆਂ ਦੀ ਦਿਆਂ ਦਾ ਮਕਾਨ। ਅੱਜ ਪੁੱਛਾ ਕੱਲ੍ਹ ਪੁੱਛਾ ਤੇ ਅੱਜ ਪੁੱਛਾ, ਤੇ ਉਹਨੇ ਕਿਹਾ ਜਿੱਥੇ ਮਰਜ਼ੀ ਭਾਜੋ, ਨਾ ਮੈਂ ਅੱਜ ਦੇਣਾ ਨਾ ਮੈਂ ਕੱਲ੍ਹ ਦੇਣਾ। ਪਹਿਲਾਂ ਜਿਹੜੇ ਅਸੀਂ ਰੋਂਦੇ ਘਰੇ ਆ ਗਏ ਹਾਂ,
पहला जी दरखास्त दी सी उदो उत्थे जाके सरपंच ने इन्हां नूं विश्वास दवाया कि मैं तुहानूं मकान बनवा के देंगा, लेकिन एक महीने बाद हुण उह फिर जिहड़ा सरपंच उहदे तों बिल्कुल मुकर गया कि मैं कोई मकान नहीं देना, जो मर्जी तुसीं कर लो, कार्रवाई जिथे हुंदी है। सो ये गरीब लोगों धक्के सरासर हो रहे हैं, गरीब लोगों का जिहड़ा कि अज उन्हां नूं दबाया जा रहा, उन्हां दी रोजी रोटी वह बेचारा हैंडीकैप्ट है जिहदा मकान आया एक अपना जिहड़ा करन जोगा भी नहीं, तो बहुत दुख की गल है, अपनी रोजी रोटी कमाने योग भी नहीं हैगा, लेकिन वह मकान जिहड़ा है कि वह किसी होर नूं देता गया सरपंच ने अपने भरा नूं, जदों कि आ सारा मते की कापियां भी हैगियां ने, आ तुसीं मते की कापी दिखा दो, मते तो सरासर जिहड़ा कि नेड़े होके कैमरामैन जी देख लो भी योग तू अयोग कर दिता गया है, जदों कि पहला योग सी वह लाभपात्री जिहड़ा कि चिमन सिंह योग नूं कट के अयोग कर दिता गया है। सरासर धोखा ये जिहड़ी सरकार वल्लों जिहड़े कानूं कमरे दिते जांदे ने, अगे पंचायत जिहड़ी सरपंच हुंदे ने वो अपना मिली भूत करके जिहड़े कि वो कमरे गरीब नूं नहीं पवा के दिंदे और वह कमरे बदल देंदे ने। सो जिहड़ा कि इस लाभपात्री नाल होईए अज वो लाभपात्री रोण दे योग हो चुकिया है, उहदा दोनों मियाँ बीबी हैगे ने रोटी कमाउण जोगे नहीं बेचारे, उन्हां दा मकान जिहड़ा कि अज बहुत बुरा हाल है, उन्हां दे मकान की हालात दिखा दी जी, छत डिगण वाली मकान जिहड़े उन्हां बहुत औखा जीवन अपना बसर कर रहे हैं। सो प्रशासन तो मंग करांगे कि इन्हां दा जिहड़ा हक है इन्हां नूं दिता जाए, सो सरपंच ते जिहड़ी कार्रवाई की जाए, और सरपंच जिहड़े ने किस तरह कोई ना कर सकन जिवें कि गरीबां नाल कीता जांदा है। सो धन्यवाद। साडे नाल होर भी इन्हां दे जिहड़े हमदर्दी ने पिंड वंसी ने जिहड़े इत्थे आए हुए ने वह भी दसना चाहणगे भी एक गरीब परिवार है जिहड़ा कि अज बहुत औखा जिंदगी बसर कर रहा है, करन जोगा भी नहीं, तो बहुत दुख की गल है, अपनी रोजी रोटी कमाने योग भी नहीं हैगा, लेकिन वह मकान जिहड़ा है कि वह किसी होर नूं देता गया सरपंच ने अपने भरा नूं, जदों कि आ सारा मते की कापियां भी हैगियां ने, आ तुसीं मते की कापी दिखा दो, मते तो सरासर जिहड़ा कि नेड़े होके कैमरामैन जी देख लो भी योग तू अयोग कर दिता गया है, जदों कि पहला योग सी वह लाभपात्री जिहड़ा कि चिमन सिंह योग नूं कट के अयोग कर दिता गया है। सरासर धोखा ये जिहड़ी सरकार वल्लों जिहड़े कानूं कमरे दिते जांदे ने, अगे पंचायत जिहड़ी सरपंच हुंदे ने वह अपना मिली भूत करके जिहड़ा कि वह कमरे गरीब नूं नहीं पवा के दिंदे और वह कमरे बदल देंदे ने। सो जिहड़ा कि इस लाभपात्री नाल होईए अज वो लाभपात्री रोण दे योग हो चुकिया है, उहदा दोनों मियाँ बीबी हैगे ने रोटी कमाउण जोगे नहीं बेचारे, उन्हां दा मकान जिहड़ा कि अज बहुत बुरा हाल है, उन्हां दे मकान की हालात दिखा दी जी, छत डिगण वाली मकान जिहड़े उन्हां बहुत औखा जीवन अपना बसर कर रहे ने। सो प्रशासन तो मंग करांगे कि इन्हां दा जिहड़ा हक है इन्हां नूं दिता जाए, सो सरपंच ते जिहड़ी कार्रवाई की जाए, और सरपंच जिहड़े ने किस तरह कोई ना कर सकन जिवें कि गरीबां नाल कीता जांदा है। सो धन्यवाद। साडे नाल होर भी इन्हां दे जिहड़े हमदर्दी ने पिंड वंसी ने जिहड़े इत्थे आए हुए ने वह भी दसना चाहणगे भी एक गरीब परिवार है जिहड़ा कि अज बहुत औखा जिंदगी बसर कर रहा है, उन्हां वास्ते भी जिहड़ा कि पिंड दे जिहड़े आंढी गुआंढी लोग ने वह भी कह रहे हैं कि इन्हां नूं मकान जिहड़ा कि इन्हां दा हक मिलना चाहिए सी, असीं इन्हां नाल पुछांगे हाँ जी की कारण है जी इन्हां नूं हक मिलना चाहिए जी, इन्हां दा मकान जिहड़ा सरपंच ने क्यों नहीं दित्ता, सरपंच आप बेईमान हो गया, ब्रह्म दे दित्ता तो बस इन्हां नूं बेईमानी कर गया। कोपर वाल गया वो रोंदी सी इंदी भरजाई सरपंच दी ते ओने कि हानू दे तां दे देना ही सहमति रहांगे ते असीं तैनू छड्ड दिआं दे ते ओनू दे दित्ता असीं इन्हां नूं कट के। ये गरीब परिवार से उन्होंने कोई यहाँ नहीं इंसानियत तौर पर भी देखिए तो कोई उसे तरस नहीं आया गरीब परिवार से, और तुसी दसोगे जी हाँ जी सारी संता दे नाल जनता बेचारी झूठ मार नहीं रही जी, सो बोलते सच बोल रही इस तरह सरपंच ने जब तक पहला पक्का मकान हों फिर तो कहते बदल सकता सी, लेकिन मकान वह डिगण वाला होया पाया बहुत बुरा हाल है, क्यों इन्हें बदलिया इस तरह तुम वेख लो सारा कुछ सामने ही ਇੱਥੇ ਸੈਕਟਰੀ ਵਗੈਰਾ ਆਇਆ ਸੀਗਾ ਜੀ ਮੈਨੂੰ ਤਾਂ ਨਹੀਂ ਪਤਾ ਹੁਣ ਇਹਨਾਂ ਨੂੰ ਪਤਾ ਹੋਵੇ ਮਤਾ ਹੀ ਕਰਦਾ ਜਦੋਂ ਪਹਿਲਾ ਸਰਪੰਚ ਸੀ ਸਰਵਾ ਹੋਇਆ ਸੀ ਸਰਵਾ ਬਿਲਕੁਲ ਸਹੀ ਕੀਤਾ ਗਿਆ ਸੀ ਉਹ ਸਰਵੇ ਨੂੰ
ਜਦੋਂ ਕਿ ਉਹ ਸਰਵੇ ਦੇ ਮੁਤਾਬਕ ਹੀ ਇਹਨਾਂ ਦੇ ਜਿਹੜੇ ਮਕਾਨ ਆਏ ਸੀ ਗਰੀਬਾਂ ਦੇ, ਲੇਕਿਨ ਸਰਪੰਚ ਹੈਗਾ ਜਦੋਂ ਬਦਲ ਜਾਂਦੇ ਨੇ ਉਹ ਸਰਪੰਚਾਂ ਨੇ ਹੇਰੀ ਫੇਰੀ ਕਰਕੇ ਹੈਗਾ ਮਤਿਆਂ ਦੇ ਵਿੱਚ ਹੇਰਾ ਫੇਰੀਆਂ ਕਰਤੀਆਂ, ਔਰ ਮਕਾਨ ਜਿਹੜਾ ਇਹਨਾਂ ਲਾਭਪਾਤਰੀਆਂ ਦੀ ਬਜਾਏ ਕਿਸੇ ਹੋਰ ਨੂੰ ਸਰਪੰਚ ਨੇ ਆਪਣੇ ਭਰਾ ਨੂੰ ਮਕਾਨ ਦੇ ਦਿੱਤਾ। ਸੋ ਅਸੀਂ ਜਿਹੜਾ ਪ੍ਰਸ਼ਾਸਨ ਤੋਂ ਇਹ ਸਰਪੰਚ ਦੇ ਖਿਲਾਫ਼ ਔਰ ਇਹਨ ਗਰੀਬ ਦੇ ਜਿਹੜਾ ਹੱਕ ਮਿਲਣਾ ਚਾਹੀਦਾ ਔਰ ਸਰਪੰਚ ਦੇ ਖਿਲਾਫ਼ ਜਿਹੜੀ ਕਾਰਵਾਈ ਹੋਣੀ ਚਾਹੀਦੀ। ਧੰਨਵਾਦ।